ਦੋ ਦੋਸਤ ਨਦੀ ਤੇ ਨਹਾਉਣ ਗਏ ਪਰ ਨਦੀ ਦੇ ਵਿੱਚ ਮੁੰਡੇ ਦਾ ਪੈਰ ਫਿਸਲਣ ਕਾਰਨ ਉਹ ਪਾਣੀ ਦੇ ਵਿੱਚ ਹੀ ਲਾਪਤਾ ਹੋ ਗਿਆ। ਮਾਮਲਾ ਸਾਹਮਣੇ ਆਇਆ ਟਾਂਡਾ ਤੋਂ, ਜਿੱਥੇ ਦੋ ਦੋਸਤ ਕਾਲੀ ਬੇਈ ਨਦੀ 'ਚ ਨਹਾਉਣ ਗਏ ਸਨ ਪਰ ਬਰਸਾਤੀ ਨਾਲੇ 'ਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਤੇ ਨਾਲੇ 'ਚ ਪਾਣੀ ਵੀ ਤੇਜ਼ ਗਤੀ ਦੇ ਨਾਲ ਵਹਿ ਰਿਹਾ ਸੀ, ਜਿਸ ਕਾਰਨ ਜਦੋਂ ਮਨੂ ਨੇ ਪਾਣੀ ਦੇ ਵਿੱਚ ਪੈਰ ਰੱਖਿਆ ਤਾਂ ਉਸਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਵਹਿ ਗਿਆ ਤੇ ਉਸਦਾ ਦੋਸਤ ਬਾਹਰ ਖੜਾ ਚਿੱਕਾਂ ਹੀ ਮਾਰਦਾ ਰਿਹਾ। ਹਾਲਾਂਕਿ ਮਨੂ ਦੇ ਦੋਸਤ ਦੇ ਵੱਲੋਂ ਆਪਣੇ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦਾ ਕੁਝ ਵੀ ਪਤਾ ਨਹੀਂ ਲੱਗਿਆ ਤੇ ਹੁਣ ਮਨੂ ਦੀ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ, ਜੋ ਨਦੀ ਦੇ ਕਿਨਾਰੇ ਤੇ ਆਪਣੇ ਬੱਚੇ ਨੂੰ ਲੱਭਦੀ ਨਜ਼ਰ ਆਈ।